ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਵੀਰ ਨਵੀ ਲਵਾਣਾ ਜਿਵੇਂ ਆਪ ਸਭ ਜਾਣਦੇ ਕਿ ਆਪਾਂ ਫੇਸਬੁੱਕ ਤੇ ਵੀ ਵਾਰਸ ਕਬੱਡੀ ਦਾ ਪੇਜ ਚਲਾ ਰਹੇ ਆ ਇੰਸਟਾਗ੍ਰam ਤੇ ਵੀ ਚਲਾ ਰਹੇ ਆ ਤੇ ਹੁਣ ਆਪਾਂ YouTube ਤੇ ਵੀ ਆਪਣਾ ਚੈਨਲ ਲੈ ਕੇ ਆਏ ਆ ਵਾਰਸ ਕਬੱਡੀ ਦੇ ਤੇ ਅੱਜ ਤੋਂ ਆਪਾਂ ਬਲੌਗ ਦੀ ਸ਼ੁਰੂਆਤ ਕਰ ਰਹੇ ਆ ਤੇ ਪਹਿਲਾ ਬਲੌਗ ਪਾ ਰਹੇ ਆ ਜੀ ਚੈੱਕ ਸ਼ਰੀਫ ਪਿੰਡ ਜ਼ਿਲ੍ਹੇ ਗੁਰਦਾਸਪੁਰ ਦਾ ਜਿੱਥੇ ਟੂਰਨਾਮੈਂਟ ਕਰਵਾਇਆ ਜਾ ਰਿਹਾ ਕਬੱਡੀ ਦਾ ਤੇ ਅੱਜ ਉੱਥੋਂ ਆਪਾਂ ਸ਼ੁਰੂਆਤ ਕਰਨ ਜਾ ਰਹੇ ਬਲੌਗ ਦੀ ਤੇ ਸਾਰੇ ਭਰਾ ਦਿਓ ਸਾਥ ਫਿਰ ਜਿੱਦਾਂ ਫੇਸਬੁੱਕ ਪੇਜ ਨੂੰ ਦਿੱਤਾ ਪਿਆਰ ਤੁਸੀਂ ਜਿਵੇਂ ਇੰਸਟਾਗ੍ਰam ਪੇਜ ਨੂੰ ਪਿਆਰ ਦਿੱਤਾ ਐਵੇਂ ਹੀ ਸਾਡੇ ਯੂਟਿਊਬ ਚੈਨਲ ਨੂੰ ਵੀ ਕਰਿਓ ਸਬਸਕ੍ਰਾਈਬ ਵੱਧ ਤੋਂ ਵੱਧ ਫੋਲੋ ਕਰਿਓ ਆਪਣੇ ਯਾਰਾਂ ਮਿੱਤਰਾਂ ਤੋਂ ਸਬਸਕ੍ਰਾਈਬ ਕਰਾਇਓ ਤੇ ਦਿਓ ਪਿਆਰ ਕਰਦੇ ਹਾਂ ਸ਼ੁਰੂ ਅੱਜ ਪਹਿਲਾ ਬਲੌਗ ਚੈੱਕ ਸ਼ਰੀਫ ਕਬੱਡੀ ਟੂਰਨਾਮੈਂਟ ਸਤਿ ਸ਼੍ਰੀ ਅਕਾਲ ਚੈੱਕ ਸ਼ਰੀਫ ਦੀ ਟੀਮ ਹੈ ਬੰਟੀ ਹਾਰਨੇ ਵਾਲਾ ਆ ਗਿਆ ਚੱਕੀ ਬੈਗ ਤੇ ਕਰੀ ਗੱਲ ਮੁੰਡੇ ਦੀ ਲਓ ਖੇਡ ਦੇ ਮੈਦਾਨ ਦੇ ਵਿੱਚ ਹਾਰਨੀਆਂ ਵਾਲਾ ਬੰਟੀ ਖੇਡ ਦੇ ਮੈਦਾਨ ਦੇ ਵਿੱਚ ਪੈਂਦੀ ਰੇਡ ਆ ਅੱਜ ਚੋਟੀ ਦੀਆਂ ਕਲਮਾਂ ਖੇਡਦੇ ਮੈਦਾਨ ਦੇ ਵਿੱਚ ਭਿੜਦੀਆਂ ਆਈਆਂ ਮੇਰੇ ਮਿੱਤਰੋ ਲਵਾਇਆ ਚੋਟੀ ਦਾ ਨੰਬਰ ਦਾ ਵਾਧਾ ਨੌਜਵਾਨ ਹਰਨੀਆਂ ਵਾਲਾ ਬੰਟੀ ਆਪਣੀ ਟੀਮ ਦੇ ਖਾਤੇ ਕਰ ਗਿਆ ਹੈ ਅਗਲੀ ਰੇਡ ਡਿੰਪਲ ਪੈ ਗਈ ਹੈ ਮਕੇਰੀਆਂ ਵੱਲੋਂ ਤੇ ਤਰ ਗੱਲ ਪੈਣੀ ਹੈ ਰੇਡ ਸਾਹਮਣੇ ਨੌਜਵਾਨ ਕਬੱਡੀ ਪਾਉਂਦ ਲਈ ਵੱਜ ਚੁੱਕਿਆ ਹੈ ਹਰ ਅੰਗ ਦਾ ਨਾ ਖੰਗਦਾ ਲਗਾਤਾਰ ਗੋਲੀਆਂ ਪੈ ਰਹੀਆਂ ਨੇ ਪਰ ਆਓ ਸਾਹਮਣੇ ਇਹ ਹੈ ਅਕੂ ਭਾਗੋ ਵਾਲੀ ਦਾ ਨਹੀਂ ਤਾਂ ਫੜਾ ਸਕਿਆ ਇਹ ਤਾਂ ਮਰਦਾ ਵੀ ਦੇ ਹੱਥੇ ਜੁੜ ਗਿਆ ਸੰਧੂ ਸਾਉਣ ਵੀ ਕਹਿੰਦੇ ਛਮਲੇ ਲੱਗ ਗਈ ਟੁੰਬੀ ਵਾਂਗੂ ਫੜਕ ਰਹੀ ਹੈ ਕਿਉਂਕਿ ਸਾਉਣ ਤੇ ਸਾਧ ਟੀਵੀ 06 ਵਾਲਿਓ ਇਹ ਖੁਸ਼ੀ ਦੇ ਮੌਕੇ ਤੇ ਵੱਜਦਾ ਤੇ ਜੇ ਗਾਉਣ ਵਾਲੇ ਵੀ ਹਿੱਕ ਦੇ ਜੋਰ ਨਹੀਂ ਹਾਂ ਤੇ ਸਾਜ ਹੋ ਜਾਣ ਦਾ ਕੀ ਫਾਇਦਾ ਫਿਰ ਕਰਜ਼ਾ ਲੈ ਕੇ ਮੋੜਨਾ ਨੇ ਫਿਰ ਇਲਾਜ ਵਧਾਉਣ ਦਾ ਕੀ ਫਾਇਦਾ ਫਿਰ ਰੋਟੀ ਨੂੰ ਭਰੇੜ ਨਹੀਂ ਕਰਨਾ ਫਿਰ ਇਲਾਜ ਕਰਾਉਣ ਦਾ ਕੀ ਫਾਇਦਾ ਜਿਹੜਾ ਤਗੜਾ ਕੇ ਸ਼ੇਰ ਨੂੰ ਬਿੱਲੀ ਆਖੇ ਉਹਨੂੰ ਹੋਰ ਵਿਆਹ ਦਾ ਕੀ ਫਾਇਦਾ ਉਹ ਸੁਖਿਆ ਹਰਜਵਾਲ ਖੇਡ ਮੈਦਾਨ ਦੇ ਵਿੱਚ ਹਰਜਵਾਲ ਦਾ ਏਰੀਆ ਹੈ ਰੈਡਕੀ ਏਰੀਏ ਦਾ ਨੌਜਵਾਨ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਇੱਕ ਪਾਸੇ ਬੋਵੀ ਤੇ ਦੂਜੇ ਪਾਸੇ ਉਹ ਇੱਕੋ ਜੀ ਜਵਾਨੀ ਮੇਣੋ ਮੇਣੀ ਜਵਾਨੀ ਖੇਡਦੇ ਮੈਦਾਨ ਵਿੱਚ ਹਾਏ ਚੱਪਾ 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 ਵਾਲੀ ਗੱਲ ਇੱਕ ਪਾਸੇ ਬੋਵੀ ਤੇ ਦੂਜੇ ਪਾਸੇ ਉਹ ਵੱਜ ਬਰਾਬਰ ਘਟ ਗਿਆ ਮੁੰਡਾ ਉਹ ਮਟੇਰੀਆਂ ਵਾਲਾ ਵੱਜ ਬਰਾਬਰ ਘਟ ਗਿਆ ਇੱਕ ਤਕੜਾ ਜਿਹਾ ਫੜਾ ਕੇ ਆਪਣੀ ਟੀਮ ਦੇ ਖਾਤੇ ਪੈਣ ਜੋੜ ਜਾਣੀ ਸਾਡੀ ਦਸਵੀਂ ਭੈਣ ਆ ਗਈ ਹੈ ਪੰਜਾਬ ਦੇ ਫੰਡੇ ਮੇਲੇ ਤੇ ਟੀਮ ਖੜੀ ਕਰਦੀ ਕਰਨ ਕੁਲਵੀਰ ਨੂੰ ਮਾਣ ਹੈ ਅਸੀਂ ਮੈਡਮ ਦੇ ਤੇ ਇਸ ਪੈਦਾ ਵੀ ਧੰਨਵਾਦ ਹੈ ਕਰਨ ਕੁਲਵੀਰ ਕੈਨੇਡਾ ਦੇ ਵਸਦਾ ਫੱਟਿਆ ਬਾਦ ਹੋਈ ਜੱਸੀ ਮੈਡਮ ਦਾ ਕਹਿੰਦੇ ਵੱਡੇ ਪੱਧਰ ਦੇ ਕੱਪ ਦੇ ਨਾਲ ਸਨਮਾਨ ਕੀਤਾ ਗਿਆ ਇਸ ਪੈਦਾ ਵੀ ਇੱਥੇ ਮੌਜੂਦ ਦੇ ਧੰਨਵਾਦ ਹਰ ਮੇਲੇ ਲਈ ਯਾਦ ਰੱਖੋ ਜੱਸੀ ਮੈਡਮ ਨਾਲ ਸੰਪਰਕ ਕਰ ਸਕਦੇ ਹੋ ਪੰਜਾਬ ਦੇ ਵੱਡੇ ਮੇਲੇ ਦੇ ਉੱਤੇ ਟੀਮ ਖੜੀ ਕਰਦੀ ਸਾਡੀ ਭੈਣ ਉਹਦਾ ਉੱਥੇ ਪੁੱਜਣ ਤੇ ਧੰਨਵਾਦ ਕਰਦਾ ਪਰ ਆਓ ਸਾਹਮਣੇ ਗੁਲਜ਼ਾਰੀ ਹੋ ਗੁਲਜ਼ਾਰੀ ਹੋ ਗੁਲਜ਼ਾਰੀ ਇੱਕ ਗੁਲਜ਼ਾਰੀ ਮੌਣਕਾ ਵਾਲਾ ਬੱਲੇ ਬਦਲ ਕੇ ਖੇਡਿਆ ਵਰਲਡ ਕੱਪਾਂ ਦੇ ਵਿੱਚ ਪਰ ਆਹ ਗੁਲਜ਼ਾਰੀ ਕਹਿੰਦੇ ਜਫਰਵਾਲ ਦੀ ਧਰਤੀ ਦਾ ਨੰਬਰ ਜਿਹੜਾ ਆਹ ਨੰਬਰ ਕਿਹਦਾ ਜੀ ਨੰਬਰ ਪਿਛਲਾ ਕਿਹਦਾ ਰੈਫਰੀ ਸਾਹਿਬ ਪਿਛਲਾ ਨੰਬਰ ਜਿਹੜਾ ਜਾਫੀ ਦੇ ਖਾਤੇ ਮਿਲ ਗਿਆ ਸਾਹਮਣੇ ਪੈਗੀ ਕਬੱਡੀ ਦੇ ਕਰੀ ਗੱਲ ਮੁੰਡੇ ਦੀ ਸਾਹਮਣੇ ਪੈਂਦੀ ਫਿਰ ਰੇਡ ਖੇਡਦੇ ਮੈਦਾਨ ਦੇ ਵਿੱਚ ਲਓ ਨੌਜਵਾਨ ਪਿਛਲੇ ਰੇਡ ਤੇ ਗੁਲਜ਼ਾਰੀ ਨੇ ਜਫਾ ਭਰਿਆ ਗਿਆ ਮੇਰੇ ਮਿੱਤਰੋ ਚਾਰ ਜਾਫੀ ਨੇ ਦੋ ਕਹਿੰਦੇ ਭਾਗੋ ਵਾਲੀਏ ਲੱਗੇ ਹੋਏ ਆ ਇੱਕ ਲਾਲੀ ਆ ਹਾਰਨੀਆਂ ਪਿੰਡ ਵਾਲਾ ਤੇ ਆ ਮੁੰਡਾ ਫਿਰ ਟਰਾਈ ਕਰਦਾ ਇਹ ਸ਼ਾਹ ਭਿੰਡਰ ਦਾ ਪਿੰਡੂ ਖੇਡਦੇ ਮੈਦਾਨ ਦੇ ਵਿੱਚ ਐਨ ਸੈਂਟਰ ਲਾਈਨ ਦੇ ਕੋਲ ਪੁੱਲੇ ਹਲਾਰੇ ਹੁੰਦੇ ਜਾ ਰਹੇ ਆ ਤੇ ਸਾਡੇ ਰੈਫਰੀ ਵੀਰਾਂ ਨੇ ਇਸ਼ਾਰਾ ਕਰ ਦਿੱਤਾ ਕਿ ਨੰਬਰ ਨੌਜਵਾਨ ਆਪਣੀ ਟੀਮ ਦੇ ਖਾਤੇ ਜੁੜ ਗਿਆ ਅਗਲੀ ਰੇਡ ਬੰਟੀ ਦੀ ਗੱਲ ਕਰੂ ਸਾਡਾ ਦਿਲਪ੍ਰਵੀਰ ਹੋ ਬੰਟੀ ਹਾਰਨੀਆਂ ਦੀ ਧਰਤੀ ਦਾ ਕਬੱਡੀ ਪੈਨ ਤੇ ਵੱਜ ਚੁੱਕਿਆ ਕਰਨ ਕੁਲਵੀਰ ਵੱਲੋਂ ਆ ਕਿੱਟਾਂ ਜਿਹੜੀਆਂ ਸਪਾਂਸਰ ਕੀਤੀਆਂ ਗਈਆਂ ਨੇ ਕੈਨੇਡਾ ਦੇ ਵਿੱਚ ਵਸਦਾ ਜ਼ਿੰਦਗੀ ਦਾ ਪਰਮ ਪਿਆਰਾ ਮਿੱਤਰ ਦਾਜ ਨਾਲ ਬਹੁਤ ਵੱਡਾ ਪਿਆਰ ਹੈ ਜਿਹਦਾ ਔਲਖਾ ਪਿੰਡੇ ਖਿਡਾਰੀਆਂ ਦੇ ਵੱਡੇ ਪੱਧਰ ਤੇ ਸਨਮਾਨ ਕਰਦਾ ਔਰ ਵੱਡੇ ਪਿਆਰ ਨੇ ਇਸ ਟੀਮ ਨੂੰ ਵੱਡੇ ਪੱਧਰ ਤੇ ਖੜਾ ਕਰਦਾ ਔਰ ਕਰਨ ਕੁਲਵੀਰ ਦੀ ਟੀਮ ਜਿਹੜੀ ਪੰਜਾਬ ਦੇ ਵੱਡੇ ਮੇਲਿਆਂ ਤੇ ਖੇਡ ਰਹੀ ਹੈ ਰੇਡ ਪੈ ਚੁੱਕੀ ਹੈ ਜਰਾ ਜਾ ਫਿਰ ਤੇ ਕਿਹੜਾ ਜਾ ਫਿਰ ਇਹਦੇ ਚੋਦਾ ਇਹ ਚੋਦਾ ਖੁੱਦ ਬਟਨ ਦਾ ਜਤਨ ਕੀਤਾ ਪਰ ਨਹੀਂ ਜੱਫਾ ਲਾ ਸਕਿਆ ਤੇ ਨੰਬਰ ਜਿਹੜਾ ਹੈ ਧਾਵੀ ਦੇ ਖਾਤੇ ਜੁੜ ਗਿਆ ਜਾਗਰਤ ਆ ਗਿਆ ਤੇ ਚੱਕੀ ਲਾਈ ਤੇ ਕਰੀ ਗੱਲ ਮੁੰਡੇ ਉਹ ਜਾਗਰਤ ਆ ਗਿਆ ਸੁਖਿਆ ਦੇ ਜਾਫੀ ਆਈ ਰੇਡਰ ਭਜਾਉਂਦੇਗੇ ਨਾ ਅੱਜ ਪਿੰਡਲੋ ਖੇਡਦੇ ਪਏ ਆ ਤੇ ਉਮੀਦ ਹੋ ਗਈ ਨਾ ਤੇ ਕਹਿੰਦੇ ਯਾਰਾਂ ਨੇ ਤੇ ਮਿਹਣੇ ਮਾਰਨੇ ਮਾਰਨੇ ਪਰ ਉਹਨਾਂ ਨੇ ਵੀ ਮਿਹਣੇ ਬੜੇ ਮਾਰਨੇ ਜਿਹਨਾਂ ਦਾ ਮੈਂ ਨਾਂ ਨਹੀਂ ਲਾ ਸਕਦਾ ਉਹ ਫੌਣੇ ਪੈਂਦੀ ਰੇਡ ਇੱਕ ਪਾਸੇ ਜਾਗਰਤ ਤੇ ਦੂਜੇ ਪਾਸੇ ਉਹ ਮਕੇਰੀਆਂ ਵਾਲਾ ਟਰਾਈ ਕਰਦਾ ਪਰ ਜਾਗਰਤ ਖੇਡਦੇ ਮੈਦਾਨ ਦੇ ਵਿੱਚ ਐਨ ਬੱਲੇ ਬੱਲੇ ਕਰਵਾ ਕੇ ਨੰਬਰ ਦਾ ਵਾਅਦਾ ਕਹਿੰਦੇ ਬਾਬਾ ਮੱਖਣ ਸ਼ਾਹ ਕਬੱਡੀ ਕਲੱਬ ਚੱਕ ਸ਼ਰੀਫ ਦੀ ਟੀਮ ਦੇ ਖਾਤੇ ਕਰ ਗਿਆ ਓ ਬਾਬਾ ਮੱਖਣ ਸ਼ਾਹ ਚੱਕ ਸ਼ਰੀਫ ਦੀ ਟੀਮ ਦੇ ਖਾਤੇ ਕਰ ਗਿਆ
ਉਹਨੇ ਬੜੇ ਪਿਆਰੇ ਅੱਖਰਾਂ ਦੇ ਵਿੱਚ ਕਿਹਾ ਬਾਬਾ ਮੱਖਣ ਸ਼ਾਹ ਲਵਾੜਾ ਕਦੀ ਫੱਜੀ ਦੇਣਾ ਸਦਗਰ ਨੂੰ ਆ ਉਹ ਮੁੱਠੀ ਪੈਣ ਲੱਗੀ ਸੀ ਸਾਰਾ ਟੱਬਰ ਹੀ ਪੈ ਗਿਆ ਚੱਕ ਸ੍ਰੀ ਵਾਲਿਓ ਤੇ ਮਹਿੰਦੋ ਵੀ ਪੈ ਗਈ ਜਿੰਦੋ ਵੀ ਪੈ ਗਈ ਟੱਬਰ ਪੈ ਗਿਆ ਸਾਰਾ ਪਰ ਨੰਬਰ ਧਾਵੀ ਦੇ ਖਾਤੇ ਦੇ ਗਿਆ ਹਰਨੀਆ ਪਿੰਡ ਵਾਲਾ ਬੰਡੀ ਆ ਗਿਆ ਚੱਕੀ ਲੱਗ ਤੇ ਕਰੀ ਗਾ ਹਰਨੀਆ ਪਿੰਡ ਵਾਲੇ ਬੰਡੀ ਦੀ ਪੈਂਦੀ ਫਰੇੜ ਲੈ ਪਿਛਲੇ ਦਿਨੀ ਵਿਆਹ ਤੇ ਬੰਦਲ ਦੇ ਵਿੱਚ ਬੰਦਿਆ ਪਰ ਖੇਡ ਮੰਡਾਨਾ ਦੇ ਨਾਲ ਪਿਆਰ ਹੈ ਮੁੰਡਾ ਪਿਆਰ ਹੈ ਤਾਂ ਖੇਡ ਦੇ ਮੈਦਾਨ ਦੇ ਨਾਲ ਜੁੜਿਆ ਹੋਇਆ ਨਹੀਂ ਤੇ ਵਿਆਹ ਕਰਾ ਕੇ ਮੁੰਡੇ ਛੇ ਛੇ ਮਹੀਨੇ ਗਰਾਊਂਡ ਹੀ ਨਹੀਂ ਵੜਦੇ ਮੁੰਡੇ ਨੇ ਅਗਲੇ ਦਿਨਾਂ ਤੋਂ ਮੈਚਾਂ ਦੀ ਸ਼ੁਰੂਆਤ ਕਰ ਦਿੱਤੀ ਹੈ ਇਹ ਬੰਡੀ ਹਰਨੀਆ ਵਾਲਾ ਅਗਲੇ ਨੰਬਰ ਦਾ ਵਾਧਾ ਕਰ ਗਿਆ ਡਿੰਪਲ ਕਰਗਲ ਪੈਂਦੀ ਰੇਡ ਦੇ ਆਓ ਸਾਹਮਣੇ ਕਬੱਡੀ ਕਬੱਡੀ ਹੋਈ ਪਈ ਹੈ ਫੇਰਾ ਤਰੀਕ ਨੂੰ ਭਲੱਖ ਦੀ ਧਰਤੀ ਤੇ ਰੌਣਕਾਂ ਲੱਗਣੀਆਂ ਨੇ ਫਕਰਾਂ ਨੂੰ ਸਰਿਆਣੇ ਦਾ ਵੇਲਾ ਹੈ ਪਰ ਆ ਨੌਜਵਾਨ ਕੌਣ ਹੈ ਇਹ ਭਾਗੋ ਬਲੀਆ ਗੱਗੂ ਆ ਗੱਗੂ ਚਿਮੜ ਗਿਆ ਜਵਾਨੀ ਮੇਰੇ ਨਾਲੇ ਹੁਣ ਕਦੀ ਹਮਲਾ ਦੇ ਲਾਗੇ ਮੁਕਾਬਲਾ ਪਰ ਨੌਜਵਾਨ ਨਹੀਂ ਜੱਫਾ ਲਾ ਸਕਿਆ ਇਹ ਨੰਬਰ ਧਾਹੀ ਦੇ ਖਾਤੇ आलमपुर की टीम के खाते सुरेंद्र कौर अकैडमी आलमपुर ਕਰਤਾਰਪੁਰ ਏਰੀਏ ਤੋਂ ਜੇ ਟੀਮ ਪੁੱਜੀ ਹੈ ਵੱਡੇ ਪੱਧਰ ਤੇ ਖੇਡੀ ਕੰਮ ਕਰੀ ਇਸ ਟੀਮ ਦਾ ਮੇਨ ਸਪਾਂਸਰ ਸੱਸੀ ਮੈਡਮ ਪਹੁੰਚਾ ਦੇ ਤੌਰ ਤੇ ਫੱਟਿਆ ਬਾਅਦ ਵਿੱਚ ਵੱਡੇ ਕੱਪਾਂ ਦਾ ਸਨਮਾਨ ਹੋਇਆ ਸੀ ਪਰ ਆਓ ਸਾਹਮਣੇ ਜੱਫੀਆਂ ਪੈ ਗਈਆਂ ਨੇ ਤੇ ਐਸਾ ਸੀਨੇ ਨਾਲ ਲਾਇਆ ਤਸੱਲੀ ਹੋ ਗਈ ਛੇ ਦੀਵਾਰੀ ਮਾ ਝੱਲੀ ਹੋ ਗਈ ਆ ਜੱਫਾ ਲੱਗ ਚੁੱਕਿਆ ਪੱਟੀ ਹੋਈ ਖੁਦ ਇੱਕ ਪਾਸੇ ਨੋਕੀਆ ਦਾ ਮੋਬਾਈਲ ਤੇ ਨਵੀਂ ਦੂਸਰੇ ਪਾਸੇ ਸੱਤ ਦਾ ਟਾਵਰ ਜੱਫਾ ਲਾ ਦਿੱਤਾ ਤੇ ਲੱਗਦਾ ਹੈ ਜੱਫਾ ਤੇ ਨੰਬਰ ਜਿਹੜਾ ਮਾਤਾ ਸ੍ਰੀਧਰਪੁਰ ਅਕੈਡਮੀ ਆਲਮਪੁਰ ਦੀ ਟੀਮ ਦੇ ਖਾਤੇ ਜੜ ਗਿਆ ਸਾਹਮਣੇ ਚੱਕੀ ਵਾਈਟ ਤੇ ਕਰੀ ਗੱਲ ਮਟਿਆਰ ਦੀ ਆਲਮਪੁਰ ਦੀ ਟੀਮ ਦੇ ਖਾਤੇ ਲੱਖਾਂ ਦੇ ਪੁਆਇੰਟ ਦਾ ਵਾਧਾ ਕਰ ਦਿੱਤਾ ਅਗਲੀ ਰੇਡ ਪਾਉਣ ਲਈ ਮਟਿਆਰ ਖੇਡ ਦੇ ਮੈਦਾਨ ਦੇ ਵਿੱਚ ਮਾਤਾ ਸੁਰਿੰਦਰ ਕੌਰ ਕਰਤਾਰਪੁਰ ਦਾ ਏਰੀਆ ਹੈ ਖੇਡ ਦੇ ਮੈਦਾਨ ਦੇ ਵਿੱਚ ਪੈਂਦੀ ਫਿਰ ਰੇਡ ਹੈ ਐਂਡ ਚੋਟੀ ਦੇ ਮੁਕਾਬਲੇ ਖੇਡੇ ਜਾ ਰਹੇ ਆ ਨੰਬਰ ਦਾ ਵਾਧਾ ਕੀਤਾ ਅਗਲੀ ਰੇਡ ਡਿੱਪਲ ਵੇਖ ਲੁਧਿਆਣੇ ਵਾਲੀ ਮਟਿਆਰ ਅੱਗੇ ਤੇ ਕਰੀ ਗੱਲ ਆਓ ਲੁਧਿਆਣਾ ਲੁਧਿਆਣੇ ਸ਼ਹਿਰ ਦੀ ਗੱਲ ਕੀਤੀ ਹੈ ਆਓ ਜਿੱਥੇ ਕੱਲਾ ਵੱਡੀਆਂ ਫੈਕਟਰੀਆਂ ਬੜੀਆਂ ਪ੍ਰਸਿੱਧ ਆ ਕਹਿੰਦੇ ਮਾਤਾ ਸੁਰਿੰਦਰ ਕੌਰ ਅਕੈਡਮੀ ਵਾਲੀਆਂ ਕੁੜੀਆਂ ਇਕੱਠੀਆਂ ਕਰੀਆਂ ਜਾ ਰਹੀਆਂ ਨੇ ਇਹ ਜੱਸੀ ਮੈਡਮ ਦੀਆਂ ਝੰਡੀਆਂ ਨੇ ਆਓ ਜੱਫਾ ਲਾ ਦੇ ਉਹਦੇ ਲੱਗ ਗਿਆ ਦਾ ਜੱਫਾ ਤੇ ਨੰਬਰ ਜਿਹੜਾ ਆਲਮਪੁਰ ਕਰਤਾਰਪੁਰ ਟੀਮ ਦੀ ਟੀਮ ਦੇ ਖਾਤੇ ਜੁੜ ਗਿਆ ਸਾਹਮਣੇ ਮਟਿਆਰ ਨੇ ਪਾਈ ਇਹ ਕਬੱਡੀ ਤੇ ਚੱਕੀ ਵਾਗੀ ਤੇ ਕਰੀ ਗੱਲ ਲਓ ਖੇਡ ਦੇ ਮੈਦਾਨ ਦੇ ਵਿੱਚ ਅਜੇ ਕਰਨ ਕੁਲਵੀਰ ਦੇ ਸਪਾਂਸਰ ਕੀਤੇ ਹੋਏ ਖਿਡਾਰਨਾ ਅਜੇ ਸਪਾਂਸਰ ਕਿੱਟਾਂ ਦੇ ਵਿੱਚ ਖੇਡਦੀਆਂ ਹੋਈਆਂ ਨੇ ਮੇਰੇ ਮਿੱਤਰੋ ਅਜੇ ਬੜਾ ਧੰਨਵਾਦ ਕੀਤਾ ਜਾ ਰਿਹਾ ਹੈ ਲਓ ਖੇਡ ਦੇ ਮੈਦਾਨ ਦੇ ਵਿੱਚ ਪੈਂਦੀ ਫਿਰ ਰੇਡ ਅਜੇ ਕਹਿੰਦੇ ਅਜੇ ਬਲੈਕਿਆ ਵੀ ਆਇਆ ਹੋਇਆ ਹੈ ਇੱਕ ਪਾਸੇ ਜੇਪੀ ਕਬੱਡੀ ਕਲੱਬ ਕੈਨੇਡਾ ਦੇ ਰਾਏਪੁਰ ਜੰਡਿਆਲੇ ਦੀ ਟੀਮਾਂ ਨੂੰ ਖੇਡੀ ਜਾਂਦੀ ਹੈ ਅਗਲੇ ਮੈਚ ਦੇ ਵਾਸਤੇ ਬਲੈਕਿਆ ਸਾਡਾ ਵੀਰ ਟੀਮਾਂ ਲੈ ਕੇ ਗਰਾਊਂਡ ਦੇ ਵਿੱਚ ਆ ਜਾਏਗਾ ਅਗਲੀ ਰੇਡ ਕਰੀ ਗੱਲ ਲੁਧਿਆਣੇ ਵਾਲੀ ਮਟਿਆਰ ਆ ਗਈ ਨੌਜਵਾਨਾਂ ਲਓ ਲੁਧਿਆਣੇ ਵਾਲੀ ਮਟਿਆਰ ਦੀ ਪੈਂਦੀ ਫਿਰ ਰੇਡ ਹੈ ਲਓ ਮਾਤਾ ਸੁਰਿੰਦਰ ਕੌਰ ਖੇਡ ਕਲੱਬ ਦੀ ਵੱਲੋਂ ਖੇਡਣ ਵਾਲੀ ਆਲਮਪੁਰ ਦੀ ਟੀਮ ਵੱਲੋਂ ਖੇਡਣ ਵਾਲੀ ਨੌਜਵਾਨ ਖਿਡਾਰਨ ਨੇ ਤਕੜੇ ਜੱਫੇ ਦੀ ਗੱਲ ਕਰ ਦਿੱਤੀ ਹੈ ਖੁੱਚ ਪੜ ਕੇ ਜੱਫੇ ਦੀ ਯਤਨ ਖੇਡ ਦੇ ਮੈਦਾਨ ਦੇ ਵਿੱਚ ਲਾ ਦਿੱਤਾ ਹੈ ਔਰ ਹੁਣ ਫਾਈਨਲ ਦੇ ਵਿੱਚ ਬਾਬਾ ਮੱਖਣ ਸ਼ਾਹ ਲਵਾਣਾ ਔਰ ਦੂਸਰੇ ਪਾਸੇ ਟੀਮ ਬਾਬਾ ਕਾਲਾਨਰ ਕਬੱਡੀ ਕਲੱਬ ਸੰਧਵਾ ਵਾਲੇ ਨੌਜਵਾਨ ਆਓ ਸਾਹਮਣੇ ਮਾਤਾ ਸੁਰਿੰਦਰ ਕੌਰ ਅਕੈਡਮੀ ਆਲਮਪੁਰ ਦੀ ਟੀਮ ਨੂੰ ਖਿਡਾਰਨ ਕਬੱਡੀ ਪਾਉਣ ਤੋਂ ਲਿਖਾ ਚੁੱਕੀ ਹੈ ਲੁਧਿਆਣੇ ਵਾਲੀਆਂ ਚਾਰ ਦਾ ਖਿਡਾਰਨ ਨਹੀਂ ਤਾਂ ਫਲਾ ਸਕੀਆਂ ਇਹ ਨੰਬਰ ਧਾਵੀ ਦੇ ਖਾਤੇ ਚੜ ਗਿਆ ਧੀਆਂ ਦੀਆਂ ਗੱਲ ਕੀਤੀ ਹੈ ਸਾਡੇ ਵੀਰਾਂ ਨੇ ਫੜੀਆ ਉਪਰਾਲਾ ਕੀਤਾ ਕਿ ਧੀਆਂ ਦੀਆਂ ਟੀਮਾਂ ਸੱਜ ਕੇ ਫਤਿਹ ਦੇ ਰਹੇ ਨੇ ਸਦਾਗਰ ਨੂੰ ਬਾਬਾ ਬੰਗਲ ਸਾਹਿਬ ਦੀ ਧਰਤੀ ਹੈ ਕੋਈ ਘਾਟਾ ਨਹੀਂ ਇਸ ਨਗਰ ਦੇ ਉਹ ਚੱਕ ਸ੍ਰੀ ਵਾਲੇ ਤਗੜੇ ਰਿਹਾ ਕਰੋ ਹਰ ਕੰਮ ਦੇ ਵਿੱਚ ਅੱਗੇ ਰਿਹਾ ਕਰੋ ਫੱਟੀ ਦੇ ਨੇ ਲੱਤਾਂ ਖਿੱਚਣ ਵਾਲੇ ਨੇ ਤੁਹਾਡੀਆਂ ਖਿੱਚੀਆਂ ਜਾ ਰਹੀਆਂ ਨੇ ਕੰਮ ਕਰਨ ਲਈ ਅੱਗੇ ਰਿਹਾ ਕਰੋ ਜੇ ਕੋਈ ਵੱਡਾ ਚੰਗਾ ਕੰਮ ਕਰਦਾ ਹੈ ਤੇ ਉਹਦਾ ਸਾਥ ਦਿਓ ਪਰ ਸਾਹਮਣੇ ਕਬੱਡੀ ਤੇ ਨਵੀਂ ਲਵਾਣਿਆ ਚੱਕਲਾ ਬਾਈ ਤੇ ਕਾਹੋ ਗੱਲ ਲਓ ਸਾਹਮਣੇ ਰੇਡ ਪਾਉਣ ਦੇ ਵਾਸਤੇ ਨੌਜਵਾਨ ਖਿਡਾਰਨ ਕਰਨ ਕੁਲਵੀਰ ਆਲ ਖੇਡੀਆਂ ਦੇ ਵਾਸਤੇ ਖੇਡ ਦੇ ਮੈਦਾਨ ਦੇ ਵਿੱਚ ਵਧੀ ਹੋਈ ਹੈ ਮੇਰੇ ਮਿੱਤਰੋ ਕਰਨ ਕੁਲਵੀਰ ਆਲ ਕੈਨੇਡਾ ਦੇ ਜਾ ਵਿੱਚ ਵਸਿਆ ਮੇਰੇ ਮਿੱਤਰੋ ਕੈਨੇਡਾ ਜਾ ਵਸਿਆ ਹੈ ਸਾਡੇ ਅਮਰਤਾਲ ਦਾ ਕਮੀ ਬ੍ਰਦਰ ਹੈ ਵੱਡੇ ਮਾਂ ਦੇ ਸਤਿਕਾਰ ਕਰਦਾ ਹਰੇਕ ਖਿਡਾਰਾਂ ਦੇ ਦਾ ਫਤਿਆਬਾਦ ਦੇ ਆਪਣੇ ਵੱਡੇ ਮਾਂ ਮੈਡਮ ਤੁਸੀਂ ਦੇ ਪਹਿਰੇ ਨੂੰ ਵੱਡੇ ਬਾਲ ਲੜਕੀਆਂ ਨੇ ਨੂੰ ਕੀਤੇ ਹੈ ਲੋ ਖੇਡ ਦੇ ਮੈਦਾਨ ਤਕੜਾ ਤੇ ਲੁਧਿਆਣੇ ਵਾਲੀ ਮਟਿਆਰ ਨੇ ਲਾ ਦਿੱਤਾ ਹੈ ਅਗਲੀ ਰੇਡ ਪਾਉਣ ਦੇ ਵਾਸਤੇ ਖੇਡ ਦੇ ਮੈਦਾਨ ਦੇ ਵਿੱਚ ਉਧਰ ਲੱਭੀ ਸਾਡਾ ਵੀਰ ਵੀ ਆਇਆ ਧੰਨਵਾਦ ਕੀਤਾ ਜਾ
आलमपुर दी टीम ने रेड पाउन ले हल्की जी झोके रेड पा रही है चार खिलाड़ी बिल्कुल तैयार ने ए बद्दोवाल दे रही है तोइयां दे थे पहलियां दे डिंपल दस्तार अल्टो दितियां जांदियां सन ए मणि दे पिंडा दे कोलो आईयां लो खेड दे मैदान दे विच माता सुरेंद्र कर खेड क्लब दे वास्ते इक लख बंदे ने एक मोटरसाइकिल लेना होवे चक सरी वाले बंदा पिस्ता लाउंदा मर जांदा खिलाड़ियों ने 70-70 मोटरसाइकिल जीते ने एक तोड़े टाइम दी कबड्डी का मुल हुण करोड़ां दे विच हो गया पहले समय दे बुजुर्ग बैठे ने कि कछे अंदर ते भांड्यां दी कबड्डी होंदी सी अज कबड्डी कंबाइना मोटरसाइकलां दे लई गड्डियां दे लई खेडी जांदी है ਤਨ ਬਾਬਾ ਨਵੀਂ ਨੇ ਗੱਲ ਕੀਤੀ ਵਾਕੇ ਕਬੱਡੀ ਦਾ ਮੁੱਲ ਪ੍ਰਮੋਟਰਾਂ ਨੇ ਜਿਹੜਾ ਵੱਡੇ ਪੱਧਰ ਤੇ ਕਰ ਦਿੰਦਾ ਹੈ ਤਾਂੀਆਂ ਤੇ ਸੰਦੂਆਂ ਕਹਿਣਾ ਪੈਂਦਾ ਹੈ ਤੇ ਓਪਨ ਜਦੋਂ ਖਿਡਾਰੀ ਆਣ ਵੜ ਗਏ ਫਿਰ ਪ੍ਰਮੋਟਰਾਂ ਦੀ ਨਜ਼ਰ ਉੱਤੇ ਚੜ ਗਏ ਲੱਗਦਾ ਹੈ ਵੀਜ਼ਾ ਫਿਰ ਪਾਸ ਮੋੜ ਕੇ ਮੌਕਾ ਮਿਲੇ ਜੋਜਾ ਮਦੇ ਜਾਂਦਾ ਪੁੱਤ ਮਾਮਾ ਦੇ ਜਿਨ੍ਹਾਂ ਦੇ ਕਬੱਡੀ ਖੇਡਦੇ ਨਾ ਉੱਚਾ ਹੋ ਜਾਂਦਾ ਖਾੜ ਦਾੜ ਦਾ ਅੱਜ ਚੱਕ ਸ੍ਰੀ ਵਾਲਿਆਂ ਦਾ ਵੀ ਨਾਮ ਉੱਚਾ ਹੈ ਸਾਹਮਣੇ ਬਾਬਾ ਮੱਕੜ ਸ਼ਾਹ ਦਾ ਦਰਬਾਰ ਨਜ਼ਰ ਆਉਂਦਾ ਹੈ ਇਸ ਦਰਬਾਰ ਦਾ ਸਾਰੀ ਉਮਰ ਤੁਸੀਂ ਦੇ ਨਹੀਂ ਦੇ ਸਕਦੇ ਚੱਕ ਸ੍ਰੀ ਵਾਲਿਓ ਬਾਬਾ ਮੱਕੜ ਸ਼ਾਹ ਨੇ ਤੁਹਾਨੂੰ ਉਹ ਜੋ ਕੁਝ ਦੇ ਦਿੱਤਾ ਉਹ ਤੁਹਾਡੇ ਕੋਲ ਸਾਰੀ ਉਮਰ ਮੋਗਣਾ ਨੇ ਕਿਉਂਕਿ ਉਹਨਾਂ ਦੀ ਦਿੱਤੀ ਹੋਈ ਦੇਣ ਉਹਨਾਂ ਨੇ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਪ੍ਰਗਟ ਕੀਤੇ ਸੀ ਇੱਧਰ ਖਰਾਰਨ ਜਫਾ ਲਾਉਂਦਾ ਜਤਨ ਕਰਦੀ ਏ ਮਹਾਂਪੁਰਸ਼ਾਂ ਦੀ ਜੇ ਗੱਲ ਕਰੀਏ ਇਹਨਾਂ ਨੇ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਵਾਲੇ ਦਿੱਲੀ ਸ਼ਹਿਰ ਦੇ ਵਿੱਚ ਬੜੀ ਵੱਡੀ ਸੇਵਾ ਕਰ ਰਹੇ ਨੇ ਰਵੀ ਖਾਲਸਾ ਨੂੰ ਵੀ ਲੋਕਾਂ ਨੇ ਬਹੁਤ ਪੁੱਠੇ ਬੋਲ ਬੋਲਦੇ ਨੇ ਉਹਨੇ ਵੀ ਦਿੱਲੀ ਸ਼ਹਿਰ ਨੂੰ ਵੀ ਬਹੁਤ ਕੁਝ ਕੀਤਾ ਹੈ ਤੇ ਗੁਰਪ੍ਰੀਤ ਸਿੰਘ ਮਿੰਟੂ ਲੁਧਿਆਣੇ ਮੁੱਖ ਮਨੁੱਖਤਾ ਦੀ ਸੇਵਾ ਵਾਲਾ ਸਾਡਾ ਵੀ ਵੱਡੇ ਪੱਧਰ ਦੀ ਸੇਵਾ ਕਰ ਰਿਹਾ ਹੈ ਇੱਕ ਗੜਵੀ ਵਾਲ ਦੇ ਲਾਗੇ ਮੇਰੇ ਭਰਾਵੋ ਸੋਸਾਇਟੀ ਚੱਲਦੀ ਹੈ ਬਾਬਾ ਦੀਪ ਸਿੰਘ ਮਨਜੋਤ ਸਾਡਾ ਭਰਾ ਜੋ ਠੀਕਰੀ ਬਾਰਡਰ ਤੇ ਲੰਬੇ ਸਮੇਂ ਤੋਂ ਜੁੜਿਆ ਹੋਇਆ ਨਵੀਂ ਉਧਰ ਵਾਰਸ ਕਬੱਡੀ ਪੇਜ ਦੇ ਉੱਤੇ ਐਡਾ ਮੇਲਾ ਜਿਹੜਾ ਲਾਈਵ ਚੱਲ ਰਿਹਾ ਨਵੀਂ ਲਵਾਣਾ ਵਾ ਪਹਿਲਾ ਆਖਿਆ ਤੇ ਇਹ ਕਬੱਡੀ ਦਾ ਸ਼ਨਾਈ ਹੈ ਜਿਹੜਾ ਕਿਸੇ ਵੀ ਪੇੜ ਮੇਲੇ ਤੇ ਬਾਉ ਡਾਟਾ ਪਾਉਂਦਾ ਖਿਡਾਰੀਆਂ ਦੀਆਂ ਪੋਸਟਾਂ ਪਾਉਂਦਾ ਪ੍ਰਮੋਟਰਾਂ ਦੀਆਂ ਪੋਸਟਾਂ ਪਾਉਂਦਾ ਕਿਹੜੇ ਖਿਡਾਰੀ ਨੇ ਕਿਤੇ ਮੋਟਰਸਾਈਕਲ ਦਿੱਤੇ ਇੱਕ ਵਾਰੀ ਨਵੀਂ ਲਵਾਣੇ ਨੇ ਨਾਂ ਤੇ ਵੀ ਜ਼ੋਰਦਾਰ ਤਾੜੀ ਮਾਰ ਦਿਓ ਤੇ ਤੁਹਾਡੇ ਇਲਾਕੇ ਦਾ ਮਾਣ ਜਿਹਦੇ ਵਾਰਸ ਕਬੱਡੀ ਪੇਜ ਚਲਾਇਆ ਹੋਇਆ ਹੈ ਸਾਹਮਣੇ ਕਬੱਡੀ ਪੈਣੀ ਤੇ ਕਰੀ ਗੱਲ ਆਓ ਸਾਹਮਣੇ ਖੇਡ ਦੇ ਗਰਾਊਂਡ ਦੇ ਵਿੱਚ ਰੇਡ ਪੈ ਚੁੱਕੀ ਹੈ ਅੱਜ ਬੜਾ ਝੂਟੀ ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਔਰ ਐਕਸ਼ਨ ਵਾਲੀਆਂ ਟੀਮਾਂ ਦੇ ਖਿਡਾਰੀ ਵੀ ਗਰਾਊਂਡ ਦੇ ਵਿੱਚ ਪਹੁੰਚਦੇ ਜਾ ਰਹੇ ਹੈ ਅੱਜ ਫਿੱਡੂ ਉਹਨਾਂ ਦੇ ਚਰਚੇ ਹੋਣੇ ਆ ਜ਼ਹਿਰ ਉਹਨਾਂ ਦੇ ਚਰਚੇ ਹੋਣੇ ਆ ਪਰ ਆ ਨਾਮਵਰ ਖੇਡ ਕਲੱਬਾਂ ਮਟਿਆਰਾਂ ਦੀਆਂ ਖੇਡਦੇ ਪਈਆਂ ਨੇ ਮੇਰੇ ਮਿੱਤਰੋ ਲਓ ਲੁਧਿਆਣੇ ਵੱਲੋਂ ਖੇਡ ਮੈਦਾਨ ਦੇ ਵਿੱਚ ਪੈਂਦੀ ਹੋਰ ਰੇਡ ਹੈ ਚਾਰ ਖਿਡਾਰੀਆਂ ਦੁਆਬੇ ਮਾਝੇ ਦੀਆਂ ਨੇ ਇੱਕ ਕਹਿੰਦੇ ਬਲਜੀਤ ਔਲਖ ਪਿੰਡ ਵਾਲੀ ਦੀ ਖੇਡਦੀ ਹੈ ਉਹਦਾ ਵੀ ਕਰਨ ਕਲਵੀਰ ਵੱਡਾ ਮਾਣ ਕਰਦਾ ਮੇਰੇ ਮਿੱਤਰੋ ਇੱਧਰ ਨੌਜਵਾਨੋ ਗੱਲ ਸੁਣੋ ਮਿਲਖਾ ਵੀ ਆ ਗਿਆ ਹੈ ਬੜਾ ਦੇਖਾ ਪਰ ਹੈ ਦੇਖਾ ਮਿਲਖੇ ਸਕਦਾ ਜਿੱਦਾਂ ਅਡਾਨੀ ਮਾਮੀਆਂ ਦੇ ਚੱਕਰ ਚ ਮੋਦੀ ਹੁਣ ਕਾਨੂੰਨ ਨਹੀਂ ਰੱਦ ਕਰ ਰਿਹਾ ਪਹਿਲਾਂ ਇਹ ਆਖਿਆ ਸੀ ਇਸ ਜਲਦੀ ਮੈਚ ਵਿੱਚ ਮਾਤਾ ਸੁੰਦਰ ਕੌਰ ਅਕੈਡਮੀ ਆਲਮਪੁਰ ਦੇ ਨੰਬਰ 26 ਦੇ ਲੁਧਿਆਣਾ ਉੱਤੇ ਦੱਸੀ ਮੈਡਮ ਜੀ ਟੀਮਾਂ ਗਰਾਊਂਡ ਦੇ ਵਿੱਚ ਰਹਿਣ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਆਇਆਂ ਨੂੰ ਟੀਮ ਵੱਡੇ ਪੱਧਰ ਤੇ ਲੈ ਕੇ ਪੁੱਜੇ ਨੇ ਹਰ ਇੱਕ ਕੜਾ ਤੇ ਤਿੰਨ ਬੰਦੇ ਜੋੜ ਲੱਗਿਆ ਹੋਇਆ ਹੈ 5-10 ਸੈਕਿੰਡ ਜੇ ਨਿਕਲ ਗਿਆ ਤੇ ਤਾੜੀਆਂ ਜੋਰ ਤੋਰ ਮਾਰਾਂਗੇ ਆਪਾਂ ਬੋਲ ਲਓ ਬੜੇ ਦਾਬਾ ਬੜੇ ਕਾਲਾ ਨਾਗ ਉਹ ਕਾਲਾ ਨਾਗ ਚਿਮੜ ਗਿਆ ਤੇ
ਕਾਲਾ ਗੁੱਟ ਫੜ ਲਿਆ ਕਾਲੇ ਨਾਗ ਨੇ ਉਹ ਇਕੱਠਾ ਕਰ ਦਿੱਤਾ ਬੱਕਰ ਰੇਸ਼ਮ ਸਿੰਘ ਸੀ ਸਾਡੇ ਸਤਿਕਾਰਯੋਗ ਦਿਵਾਨ ਸਿੰਘ ਜੀ ਨਾਲ ਵੱਲੋਂ 2000 ਦੇ ਵੱਡੇ ਸਹਿਯੋਗ ਆਏ ਆ ਅੱਜ ਦੇ ਖੇਡ ਮੇਲੇ ਦੇ ਵਾਸਤੇ ਲਓ ਖੇਡ ਦੇ ਮੈਦਾਨ ਦੇ ਵਿੱਚ ਤਕੜਾ ਜੱਫਾ ਖੇਡ ਦੇ ਮੈਦਾਨ ਲਓ ਸਾਹਮਣੇ ਕਾਂਡੋ ਆ ਗਿਆ ਰੇਡ ਪਾਰਿਆ ਮਿਲਖਿਆ ਗੱਲ ਕਰਨੇ ਵੱਖਰੀ ਲਓ ਮਿਲਖਾ ਚਿਮੜਦਾ ਚਾਰ ਜੱਫੀ ਖੜੇ ਨੇ ਜਾਰੇ ਚੋਟੀ ਦੇ ਨੇ ਉਧਰ ਕੋਲੇ ਪਾਸੇ ਰਾਏਪੁਰ ਚੰਡਿਆਲੇ ਦੀ ਟੀਮ ਹੈ ਪਰ ਆਓ ਸਾਹਮਣੀ ਆਓ ਪਾਨੀ ਪਾਨੀ ਨਾ ਗੱਲਾਂ ਟਿਕਾਣੇ ਤੇ ਲੱਗੀਆਂ ਆਓ ਪਾਨੀ ਜੱਫਾ ਭਰ ਗਿਆ ਨਵੀਂ ਚੱਕੀ ਮੰਗ ਤੇ ਕਰੀ ਗੱਲ ਮੁੰਡੇ ਦੀ ਉਹ ਪੀਕੇ ਦੀ ਰੇਡ ਖੇਡ ਦੇ ਮੈਦਾਨ ਦੇ ਵਿੱਚ ਪੈਣ ਜਾ ਰਹੀ ਹੈ ਇੱਕ ਇਹ ਪੀਕੇ ਫਿਲਮ ਆਮਿਰ ਖਾਨ ਦੀ ਬੜੀ ਫੇਮਸ ਹੋਈ ਹੈ ਉਹ ਤੋਂ ਇੰਸਪਾਇਰ ਹੋ ਕੇ ਆ ਮੁੰਡੇ ਦਾ ਪੀਕੇ ਨਾਮ ਰੱਖ ਦਿੱਤਾ ਹੈ ਲਓ ਅਰੇ ਬਲਾਜੀ ਦੀ ਟੀਮ ਲਓ ਰਾਏਪੁਰ ਜੰਡਿਆਲੇ ਦੀ ਟੀਮ ਵੱਲੋਂ ਪੈਂਦੀ ਹੋਈ ਰੇਡ ਟਿੰਪਲ ਵੇਖ ਓਏ ਕਾਲਾ ਰਾਗ ਉਹ ਕਾਲਾ ਕੌਣ ਚੱਲਿਆ ਇਹਦੀ ਚੁੰਡੀ ਬੜੀ ਪ੍ਰਸਿੱਧ ਹੈ ਪੰਜਾਬ ਦੇ ਮੇਲਿਆਂ ਦੇ ਵਿੱਚ ਇਹ ਜ਼ਹਿਰ ਚੱਲਿਆ ਇਹ ਬੱਬੂ ਮਾਨ ਦਾ ਫੈਨ ਹੈ ਔਰ ਜ਼ਹਿਰ ਨੇ ਕਬੱਡੀ ਪਾ ਦਿੱਤੀ ਹੈ ਜਦੋਂ ਚੁੰਡੀ ਘੁਮਾਵੇਗਾ ਗੱਲ ਵੱਖਰੇ ਪੱਧਰ ਦੇਵੇਗੀ ਮੈਦਾਨ ਦੇ ਵਿੱਚ ਪੈਂਦੀ ਹੋਈ ਦੂਜੇ ਪਾਸੇ ਮੇਣੋ ਮੇਣੀ ਖੇਡਦੇ ਮੈਦਾਨ ਮੈਦਾਨ ਵਿੱਚ ਤੇ ਇੱਕ ਪਾਸੇ ਜੇਪੀ ਕਬੱਡੀ ਕਲੱਬ ਕੈਨੇਡਾ ਵਾਲਾ ਟੱਕਣ ਦਾ ਯਤਨ ਕਰਦਾ ਹੈ ਇਹ ਕਾਲਾ ਨਾਗ ਸਿੰਘ ਜੀ ਜੱਫਾ ਲਾ ਸਕਿਆ ਤਫਾਨ ਦੇ ਹਰ ਰੇਡ ਮੌਂਦ ਨਹੀਂ ਵਧਿਆ ਪਰ ਤਫਾਨ ਦੀ ਟੱਕਰ ਕਿਹਦੇ ਵੱਲ ਹੋਈ ਹੈ ਆ ਇੱਥੇ ਰੱਖ ਮਾਰਿਆ ਕਰ ਪਿਆਰ ਨਾਲ ਪਿਆਰ ਨਾਲ ਇੱਥੇ ਰੱਖ ਨੰਬਰ ਇਹਨੂੰ ਕਹਿੰਦੇ ਮਿਲਖਾ ਤਾੜੀ ਖੋ